ਹਾਏ ਰੱਬਾ, ਮੈਂ ਪਤਾ ਤੇ ਕਰਾਂ ਕੀ ਸਿਆਪਾ ਕੀ ਪਿਆ ਹੋਇਆ ਵਾ ਜਾਨੂ, ਕਿੰਨਾ ਔਖਾ ਹੋ ਗਿਆ ਵਾ ਸਿਸਟਮ ਸਾਰਾ। ਸਮਝ ਤੋਂ ਬਾਹਰ ਆ, ਇੰਨੇ ਦਿਨ ਹੋ ਗਏ ਗੱਡੀ ਸਹੀ ਹੋਣ ਹੀ ਨਹੀਂ ਦੇ। ਖੋਲ੍ਹ ਖੋਲ੍ਹ ਇੰਜ ਸਿੱਟੀਆਂ ਵਾ, ਇੰਜ ਤਾਂ ਹੋਸਪਿਟਲਾਂ 'ਚ ਮਰੀਜ਼ ਖੋਲ੍ਹ ਖੋਲ੍ਹ ਨਹੀਂ ਸਿੱਟਦੇ ਹੈਗੇ ਹੈ। ਇਹ ਗੱਡੀਆਂ ਬੰਦ ਕਰਨਾ ਭੁੱਲ ਗਏ, ਦੇੜ ਕੇ ਰੱਖਤੀਆਂ। ਪੁੱਛਾਂ ਤਾਂ ਸਹੀ, ਇੰਨੇ ਦਿਨ ਹੋ ਗਏ, ਮਸਲਾ ਕੀ? ਕੀ ਕਰੀ ਜਾਣਦੇ ਆ ਗੱਡੀਓ ਹੈ? ਆ ਕੀ ਆ, ਨੀਚੇ ਲੱਗਾ ਵਾ ਭਾਈ। ਵੇ ਕੌਣ ਆ ਨੀਚੇ? ਵੀਰੇ ਗੱਲ ਸੁਣੀ, ਪਤਾ ਨਹੀਂ ਹੋ ਰਿਹਾ ਕੀ ਵੀਰੇ, ਕੀ ਨੀਚੇ ਕਵਰ ਕੱਢਣ ਦਿਆ? ਉੱਤੇ ਆ। ਹਾਂਜੀ ਉੱਤੇ ਆ। ਸਲਾਮ ਅਲੈਕੁਮ। ਵਾਲੇਕੁਮ ਸਲਾਮ। ਵੀਰੇ ਕੀ ਹੋਇਆ, ਨੀਚੇ ਖੂਹ ਕੱਢਿਆ ਵਾ ਕੋਈ, ਉੱਥੇ ਡਿੱਗਿਆ ਹੋਇਆ ਸੀ? ਓਹੋ, ਮੈਂ ਕਿਹੜਾ ਥੱਲੋਂ ਪਾਣੀ ਕੱਢ ਦਿੱਤਾ ਵਾ, ਕੰਮ ਕਰਨ ਨਿਆ ਸੀਗਾ ਥੱਲੋਂ, ਉਹਦਾ ਖੋਲ ਕੇ ਨਾ, ਉਹਦਾ ਇੰਜਣ ਦਾ ਕੰਮ ਕਰਨ ਨਿਆ ਸੀਗਾ, ਉਹਦੇ ਨਟ ਪੇਚ ਖੋਲਣ ਨਿਆ ਸੀ। ਕਿੰਨੇ ਸਾਲ ਇੰਜਣ ਦਾ ਕੰਮ ਚੱਲਣਾ? ਕਿੰਨੇ ਸਾਲ ਇੰਜਣ ਦਾ ਕੰਮ ਕਰਨਾ? ਹਾਂ ਨਾ, ਕੱਲ ਤੂੰ ਮੈਨੂੰ ਗੱਡੀ ਦੇ ਕੇ ਗਈ ਆ, ਅੱਜ ਮੈਂ ਉਹਦਾ ਕਰਨ ਡਿਆ। ਮੈਂ ਕੱਲ ਦਾ ਹੀ, ਮੈਂ ਤਾਂ ਸ਼ੁਰੂ ਹੋ ਗਿਆ ਸੀ, ਘਰ ਵੀ ਨਹੀਂ ਗਿਆ, ਰਾਤ ਇੱਥੇ ਹੀ ਲਾਈ ਆ ਮੈਂ। ਇਹ ਵੀਰੇ ਦੇਖ, ਹੁਣ ਇੱਕ ਦਿਨ ਹੋਇਆ, ਮੈਨੂੰ ਲੱਗਦਾ ਕੋਈ ਹਫਤਾ ਹੋ ਗਿਆ ਹੈ, ਗੱਡੀ ਦੀ ਲੋੜ ਪੈਂਦੀ ਆ। ਗੱਡੀ ਦੀ ਤਾਂ ਲੋੜ ਹਰ ਇੱਕ ਨੂੰ ਹੀ ਹੁੰਦੀ ਆ, ਪਰ ਇਹਦਾ ਤੁਸੀਂ ਹਾਲਤ ਵੀ ਤੇ ਦੇਖੋ ਨਾ, ਕੀ ਕਰ ਦਿੱਤੀ ਉਹਦਾ ਤੇ, ਬੇੜਾ ਗਰਕ ਕਰਕੇ ਰੱਖ ਦਿੱਤਾ ਸੀ ਗੱਡੀ ਦਾ। ਇਹ ਬੇੜਾ ਗਰਕ ਕੀ ਕੀਤਾ, ਲੰਗੜੀ ਤੇ ਤੁਸੀਂ ਕਰਕੇ ਇੱਥੇ ਖੜਾ ਰਹੀ ਆ। ਲੰਗੜੀ ਕੀ, ਉਹਦੇ ਟਾਇਰ ਟੂਪਾਂ ਦੇ ਵਿੱਚ ਜਾਣ ਹੀ ਨਹੀਂ ਰਹੀ, ਉਹਦੇ ਸਾਰੀ ਹਰ ਸ਼ੈ ਉਹਦੀ ਤੁਸੀਂ ਖਰਾਬ ਕੀਤੀ ਪਈ ਆ। ਤੇ ਦੱਸ ਕਿਹਦੀ ਟੂਪ ਲੱਗਣੀ ਆ ਮੈਨੂੰ, ਦੱਸ ਮੈਂ ਲੈਣ ਦੀ। ਉਹ ਦਰਮਾ ਵੇਟ ਵਾਲੀ ਟੂਪ ਨਹੀਂ ਲੱਗਣੀ, ਉਹ ਇਹਦੀ ਆਪਣੀ ਟੂਪ ਹੁੰਦੀ ਹੈ ਜਿਹ 'ਚ ਹਵਾ ਭਰੀ ਦੀ, ਉਹਦਾ ਬੇੜਾ ਗਰਕ ਕਰਾਇਆ ਪਿਆ, ਟਾਇਰ ਤੁਹਾਡੇ ਸਾਰੇ ਵਿੰਗੇ ਹੋਏ ਪਏ ਆ, ਇੱਧਰਲਾ ਟਾਇਰ ਦਾ ਤਾਂ ਉਂਝ ਹੀ ਉਹ ਟੂਪ ਪਾਟ ਗਈ ਆ। ਠੀਕ ਆ, ਇਹ ਤੁਸੀਂ ਕਿੱਥੇ ਗੱਡੀ ਸਿੱਖੀ ਹੈ, ਕਿਹੜੇ ਕਿਤੇ ਜੰਗਲ ਦੇ ਵਿੱਚ ਪਾਲੀ ਸੀ ਗੱਡੀ? ਐਡਾ ਨਿਜ਼ਾਮ ਰੱਖਿਆ, ਸੂਈ ਧਾਗਾ ਨਹੀਂ ਰੱਖਿਆ ਹੈ ਸੀਲਨ ਦਾ? ਅੱਛਾ, ਪੀਕੋ ਨਾ ਕਰਾ ਲਿਆਂਦਾ ਸੀਲਨ ਦਾ? ਉਹ ਇਹ ਸੀਤੇ ਨਹੀਂ ਜਾਂਦੇ, ਇਹਨਾਂ ਨੂੰ ਪੱਕੇ ਪੈਂਚਰ ਲੱਗਦੇ ਆ ਜਾਂ ਟਾਇਰ ਟੂਬ ਬਦਲਿਆ ਜਾਂਦਾ ਵਾ, ਪਰ ਤੁਹਾਡੇ ਟਾਇਰਾਂ ਦੀ ਹਾਲਤ ਹੀ ਨਹੀਂ ਹੈਗੀ ਵੀ ਇਹਨਾਂ ਨੂੰ ਬਦਲਿਆ ਵੀ ਜਾਵੇ, ਇਹ ਸਿੱਟਣ ਵਾਲੇ ਟਾਇਰ ਹੋਏ ਪਏ ਆ। ਵੀਰੇ ਤੇਰੀ ਵੀ ਤੇ ਸ਼ਕਲ ਸਿੱਟਣ ਵਾਲੀ ਸੀ ਨਾ, ਤੇਰੇ ਘਰ ਵਾਲਿਆਂ ਨੇ ਜ਼ਰੀ ਆ ਕਿ ਨਹੀਂ? ਵੀਰੇ ਮੈਂ ਨਾ ਕੰਮ ਦੀ ਗੱਲ ਕਰ ਜਿਹੜੀ ਕਰਨੀ ਆ, ਦੱਸ ਤੇ ਸਹੀ, ਨਾ ਹੋਇਆ ਕੀ ਆ? ਹੋਣਾ ਕੀ ਆ, ਇਹ ਕਿਸੇ ਅਨਾੜੀ ਡਰਾਈਵਰ ਦੇ ਹੱਥ ਚੜੀ ਹੋਈ ਸੀਗੀ ਤੁਹਾਡੇ ਅਰਗੇ ਦੇ, ਹੈ ਤੁਹਾਨੂੰ ਗੱਡੀ ਚਲਾਉਣੀ ਆਉਂਦੀ ਨਹੀਂ, ਲੈਣ ਦਾ ਸ਼ੌਕ ਹੁੰਦਾ ਵਾ, ਪਹਿਲੇ ਗੱਡੀ ਕਿਸੇ ਨਾ ਥਾਂ ਤੋਂ ਚੰਗੀ ਤਰ੍ਹਾਂ ਸਿੱਖ ਲਈਦੀ ਹੁੰਦੀ ਆ, ਤਾਂ ਕਿ ਤੁਹਾਨੂੰ ਰੋਡ 'ਤੇ ਕੋਈ ਟੈਨਸ਼ਨ ਮਸਲਾ ਨਾ ਬਣੇ। ਆਦਰ ਦੇਖ, ਆਹ ਬੈਟਰੀ ਦਾ ਕੀ ਹਾਲ ਕੀਤਾ ਪਿਆ ਵਾ, ਉਹ ਇੰਜਣ ਦੇ ਵਿੱਚ ਨਾ ਤੂੰ ਤੇਲ ਪਵਾਇਆ ਨਾ ਇਹਦਾ ਆਇਲ ਚੇਂਜ ਹੋਇਆ, ਠੀਕ ਆ, ਪੈਟਰੋਲ ਦੇ ਵਿੱਚ ਉਹ ਇਹਦੇ ਕਚਰਾ ਆਉਣ ਦੇ ਆ। ਇਹ 'ਚ ਮੈਂ ਸਰੋਂ ਦਾ ਪਾਇਆ ਤੇ ਸੀ 4 ਦਿਨ ਪਹਿਲੇ ਤੇਲ। ਉਹ ਤੂੰ ਸਰੋਂ ਦਾ ਕਾਹਤੋਂ ਪਾਤਾ, ਤੂੰ ਇਹਦੇ 'ਚ ਦੀਵੇ ਬਾਲਦੀ ਆ, ਸਰੋਂ ਦੇ ਤੇਲ ਦੇ ਨਾਲ ਗੱਡੀਆਂ ਚੱਲਣ ਲੱਗ ਪਈਆਂ ਤੇ ਫਿਰ ਤਾਂ ਪੈਟਰੋਲ ਪੰਪ ਸਾਰੇ ਬੰਦ ਹੋ ਜਾਣੇ। ਵੇ ਐਂਜੀ, ਮੈਨੂੰ ਮਕੈਨਿਕ ਨੇ ਕਿਹਾ ਸੀ ਇਹ 'ਚ ਤੇਲ ਪਾਓ ਤੇ ਮੈਂ ਪਾ ਦਿੱਤਾ ਫਿਰ। ਓਏ, ਉਹ ਵਾਲਾ ਤੇਲ ਨਹੀਂ ਪਾਈਦਾ, ਉਹ ਆਪਣੇ ਦਿਮਾਗ 'ਚ ਪਾ, ਜਿਹੜਾ ਤੇਰਾ ਦਿਮਾਗ ਖੁਸ਼ਕ ਹੋਇਆ ਬੰਦ ਹੋਇਆ, ਇਹਨੂੰ ਥੋੜ੍ਹਾ ਜਿਹਾ ਸਕੂਨ ਮਿਲੇ। ਅੱਛਾ ਚੱਲ, ਹੋਰ ਦੱਸ ਕੀ ਮਸਲਾ ਵਾ? ਹੁਣ ਮਸਲਾ ਇਹ ਆ ਵੀ ਇਹਦੀਆਂ ਸਾਰੀਆਂ ਕੁਵੈਲਾਂ ਸੜ ਗਈਆਂ ਵਾ, ਠੀਕ ਆ, ਉਹ ਦੁਬਾਰਾ ਵੈਂਡਿੰਗ ਹੋਣੀ ਆ ਉਹਨਾਂ ਦੀ, ਦੂਏ ਮਕੈਨਿਕ ਕੋਲ ਇਲੈਕਟ੍ਰੀਸ਼ਨ ਦਾ ਕੰਮ ਇਹਦਾ ਸਾਰਾ ਹੋਣ ਵਾਲਾ, ਬੈਟਰੀ ਇਹਦੀ ਬਦਲਣ ਵਾਲੀ ਹੋਈ ਆ, ਟਾਇਰ ਟੂਬ ਬਦਲਣ ਵਾਲੇ ਹੋਏ ਆ, ਠੀਕ ਆ, ਨਾ ਤੂੰ ਇਹਦਾ ਤੇਲ ਪਾਣੀ ਚੇਂਜ ਕਰਾਇਆ, ਆਇਲ ਚੇਂਜ ਹੋਣ ਵਾਲਾ ਇਹਦਾ ਦੁਬਾਰਾ, ਅੱਛੇ ਵਾਲਾ ਉਹ ਪੈਣੀ ਆ ਵਿੱਚ ਇਹਦੇ 6 ਕੁਆਟਰ। ਉਹ ਤੇ ਅਸੀਂ ਆਪਣੇ ਨੌਕਰਾਂ ਨੂੰ ਦਿੱਤੇ ਰਹਿਣ ਵਾਸਤੇ ਕੁਆਟਰ। ਓਏ, ਉਹ ਵਾਲਾ ਕੁਆਟਰ ਨਹੀਂ, ਮੈਂ ਕਿਹੜਾ ਇਹਦੇ 'ਚ ਸੋਣਾ ਵਾ, ਇੱਕ ਤੇਲ ਦਾ ਕੁਆਟਰ ਹੁੰਦਾ, ਆਇਲ ਦਾ ਕੁਆਟਰ। ਅੱਛਾ ਮੈਨੂੰ ਇਹ ਦੱਸ। ਹਾਂਜੀ, ਆ ਦੇਖ, ਆ ਸਾਰੀਆਂ ਉਹਦੀਆਂ ਤਾਰਾਂ ਸੜੀਆਂ ਪਈਆਂ, ਇਹ ਉਦੋਂ ਹੁੰਦਾ ਵਾ ਜਦੋਂ ਤੁਸੀਂ
ਬ੍ਰੇਕ ਲਾ ਕੇ ਤੇ ਰੇਸ ਨੱਪ ਕੇ ਇਹਦੀ ਆਵਾਜ਼ ਕੱਢਦੇ ਹੋ, ਠੀਕ ਆ। ਆ ਡਿਸਕ ਬ੍ਰੇਕਾਂ ਇਹਦੀਆਂ ਸਾਰੀਆਂ ਖਰਾਬ ਪਈਆਂ, ਚੀ ਚੀ ਕਰਦੀ ਗੱਡੀ ਇੱਥੇ ਤੂੰ ਲੈ ਕੇ ਆਈ ਹੈ ਮੇਰੇ ਕੋਲ, ਸ਼ਾਇਦ ਤਾਂ ਉਹਦੀ ਤਬਾਹ ਕੀਤੀ ਪਈ ਆ। ਤੁਸੀਂ ਕਿਤੇ ਚਲਾਉਣ ਦੇ ਕਾਬਿਲ ਹੈ ਇਹਨੂੰ? ਕੀ ਵੀ ਮੈਂ ਵਿੱਚ ਬੰਬ ਲਾ ਦਿੱਤਾ ਤਬਾਹ ਕਰਕੇ? ਉਹ ਬੰਬ ਨਹੀਂ ਲਾ ਦਿੱਤਾ, ਤੇਰੀਆਂ ਗੱਲਾਂ ਹੀ ਇਹੋ ਜਿਹੀਆਂ ਵਾ, ਤੇਰੇ ਕੰਮ ਹੀ ਇੱਦਾਂ ਦੇ। ਤੈਨੂੰ ਗੱਡੀ ਚਲਾਉਣੇ ਆਉਂਦੀ ਨਹੀਂ, ਕੋਈ ਨਾਲ ਕੋਈ ਚੱਜ ਦਾ ਡਰਾਈਵਰ ਰੱਖ ਲੈ, ਕੋਈ 15-20 ਹਜ਼ਾਰ ਤੇ ਜਿਹੜਾ ਤੈਨੂੰ ਲੈ ਜਾ ਕਰੇ। ਤੂੰ ਮਸਲਾ ਦੱਸ, ਮੇਨ ਮਸਲਾ ਕੀ ਆ? ਮੇਨ ਮਸਲਾ ਇਹ ਇਹਦੇ ਗੋਡੇ ਖਰਾਬ ਹੋ ਗਏ। ਇਹਦੇ ਗੋਡੇ ਖਰਾਬ ਹੋਏ ਆ? ਹਾਂ ਬਸ ਇੰਨਾ ਹੀ ਹੈ ਨਾ। ਗੱਲ ਸੁਣ, ਵੈਸੇ ਤੇ ਅੱਜ ਕੱਲ ਮੇਰੀ ਦਾਦੀ ਤੁਰਦੀ ਫਿਰਦੀ ਨਹੀਂ, ਉਹਦੇ ਗੋਡੇ ਫਾਰਗ ਹੀ ਆ, ਹਨਾ? ਉਹ ਪਵਾ ਲੈਂਦੇ ਆ ਆਪਾਂ। ਦਾਦੀ ਦੇ ਗੋਡੇ ਪਾ ਦਵਾਂ? ਆਹੋ ਪਾ ਦੇ, ਕੀ ਆ? ਠੀਕ ਆ, ਦਾਦੀ ਦੇ ਗੋਡੇ ਇਧਰ ਪਾ ਦਵਾਂ ਤੇ ਦਾਦੀ ਮੁੜ ਕੇ ਟਾਇਰਾਂ ਵਾਲੇ ਬੂਟਾਂ ਤੇ ਕਰਨੀ ਆ। ਵੇ ਨਹੀਂ, ਉਹ ਕਿਹੜਾ ਤੁਰਦੀ ਫਿਰਦੀ ਆਂਦੀ ਜਾਂਦੀ ਜਦੋਂ ਆਣੇ ਹੋਣਗੇ? ਤੁਰਦੀ ਫਿਰਦੀ ਨਹੀਂ, ਤੇ ਉਹਦੀ ਕੇਅਰ ਕਰ, ਉਹਨੂੰ ਕਿਤੇ ਅੱਛੀ ਉਹਦਾ ਮੈਡੀਸਨ ਲੈ ਕੇ ਦੇ, ਕਿਤੇ ਉਹਦਾ ਇਲਾਜ ਕਰਾ, ਉਹਨੂੰ ਵੀਲਚੇਅਰ ਲੈ ਕੇ ਦੇ। ਆਪ ਤੂੰ ਗੱਡੀ 'ਚ ਫਿਰਦੀ ਆ, ਦਾਦੀ ਵਾਸਤੇ ਤੇਰੇ ਕੋਲ ਉਹ ਛੋਟੀ ਜੀ ਨਹੀਂ ਲੈ ਹੁੰਦੀ? ਐਨਕ ਪੈਣ ਵਾਲੀ ਹੋਈ ਆ। ਉਹ ਕਿਹੜੀ ਐਨਕ ਹੁੰਦੀ ਆ? ਉਹ ਐਨਕ ਹੁੰਦੀ ਆ ਜਿਹੜੀ ਇਹਦੀ, ਉਹ ਹਿਸਾਬ ਕਿਤਾਬ ਨਹੀਂ ਹੁੰਦਾ ਸਿੱਧਾ ਕਰਨ ਵਾਲਾ, ਇਹਦੀ ਅਲਾਈਨਮੈਂਟ ਵਾਲਾ, ਸਟੀਅਰਿੰਗ ਤੋਂ ਹਿਸਾਬ ਲਾਈਦਾ, ਉਹ ਇਹਦਾ ਉਹ ਖਰਾਬ ਹੋਇਆ ਸੀ। ਜਵਾਬ ਦੇ ਦੇ, ਤੂੰ ਇਹਨੂੰ ਪਵਾਏ ਹੋਏ ਆ ਸਾਰੀ ਗੱਡੀ ਦੀ ਨਾ ਤੂੰ ਮੱਤ ਮਾਰੀ ਪਈ ਆ ਕੁੜੀਏ। ਫਿਰ ਇਹਦੀਆਂ ਮੇਨ ਮਸਲਾ ਇਹਦਾ ਇਹ ਆ ਵੀ ਇਹਦੀਆਂ ਚੂੜੀਆਂ ਪੈਣ ਵਾਲੀਆਂ ਵਾ। ਲੈ ਇੰਨਾ ਘਰੋਲਾ ਬਸ ਚੂੜੀਆਂ ਦਾ ਤੇ ਜੂੜੀ ਤੂੰ ਵੇ ਚੂੜੀਆਂ ਪਾਈ ਫਿਰਦੀ ਆ? ਨਹੀਂ ਉਹ ਹੋਰ ਚੂੜੀਆਂ ਹੁੰਦੀਆਂ ਵਾ ਇਹਦੀਆਂ, ਰਿੰਗ ਪਿਸਟਲ ਵਾਲੀਆਂ, ਪਾਗਲ ਹੋ ਗਈਆਂ। ਫੜ ਪਿਸਟਲ ਪਲੱਗ, ਉਹ ਪਿਸਟਲ ਨਹੀਂ ਹੋਏ ਰਿੰਗ ਪਿਸਟਲ। ਆ ਦੇਖ ਆ ਇਹਦਾ ਪਲੱਗ, ਉਹ ਸਾਰਾ ਖਰਾਬ ਕੀਤਾ ਪਿਆ, ਸਾਰੀ ਰਾਤ ਪੈਟਰੋਲ ਦੇ ਵਿੱਚ ਭਿਉਂ ਰੱਖਿਆ, ਠੀਕ ਆ। ਸਵੇਰੇ ਉੱਠ ਕੇ ਦੇਖਿਆ ਤੇ ਐਡਾ ਹੋਇਆ ਪਿਆ ਸੀ, ਠੀਕ ਸਾਰਾ ਲਾਸ਼ ਸੀ ਜਾਂ ਇਹ ਪਲੱਗ ਸੀ ਫੁੱਲ ਗਿਆ ਜਿਹੜਾ? ਹੁਣ ਆ ਦੇਖ ਆ ਤੇਰੇ ਸਾਹਮਣੇ ਆ, ਇਹ ਇਹ ਕਿੱਥੋਂ ਖੁੱਲਣਾ? ਇਹਦੀ ਨਾ ਆ ਸਾਰੀ ਕੰਘੀ ਖਰਾਬ ਹੋਈ ਪਈ ਆ। ਉਧਰ ਦੇਖ ਆ ਹਾਲ ਹੈ ਕੋਈ ਇਹਦਾ ਗੱਡੀ ਦਾ? ਅੱਛਾ ਇਹਦੀ ਕੰਘੀ ਵੀ ਦੱਸਦਾ, ਪਹਿਲੇ ਮੈਂ ਘਰੋਂ ਲੈਂਦੀ। ਚਲ ਮੇਰੇ ਬੈਗ 'ਚ ਪਈ ਕੰਘੀ, ਰੋਕ ਲੈ। ਇੱਕ ਮਿੰਟ, ਜਿਹੜੀ ਤੇਰੇ ਬੈਗ 'ਚ ਪਈ ਆ ਨਾ ਉਹ ਜੂਆਂ ਨਾਲ ਭਰੀ ਹੋਣੀ ਆ, ਉਹ ਨਹੀਂ ਚਾਹੀਦੀ। ਇਹ ਵੀਰਾ ਜੀ ਉਸ ਕੰਘੀ ਦੀ ਜਾਨ ਛੱਡ ਦਿਓ, ਕਿਤੇ ਟਿੰਡ ਕਰਾ ਕੇ ਦੇਖੋ, ਇੱਕ ਅੱਧੀ ਵਾਰੀ ਕੋਈ ਚੰਗਾ ਸ਼ੈਂਪੂ ਲਾ ਲਓ। ਵੇ ਕੀਰੀ ਕੀਰੀ ਕੰਘੀ ਚਾਹੀਦੀ ਆ? ਉਹ ਇਹਦੀ ਆਪਣੀ ਕੰਘੀ ਹੁੰਦੀ ਆ, ਹੈਂਡਲ ਵਾਲੀ ਕੰਘੀ, ਉਹ ਲਹਿਦਾ ਹੁੰਦੀ ਆ। ਬਾਕੀ ਸ਼ੈਵਾਂ ਸਹੀ, ਮੇਕਅਪ ਸ਼ੇਕਅਪ, ਬਲੱਸ਼ ਹੋਣ, ਬ੍ਰਸ਼ ਸਾਰੇ। ਇਹ ਗੱਡੀ ਆ ਮਹਿਕ ਮਲਕ ਨਹੀਂ, ਇਹਦਾ ਮੇਕਅਪ ਮੈਂ ਕਿੱਥੋਂ ਕਰਾ ਲਿਆ ਵਾਂ? ਇਹਨੂੰ ਮੈਂ ਨਰਗਸ ਬਿਊਟੀ ਸਲੋਨ ਤੇ ਛੱਡਿਆ ਵਾਂ। ਕੰਘੀ ਕਦੀ ਕਹਿੰਦਾ ਚੂੜੀਆਂ ਕਹਿੰਦਾ ਵਾਂ ਤੇ ਕਦੀ ਕੁਛ ਕਹਿੰਦਾ, ਤੇ ਫਿਰ ਮੈਂ ਉਹੀ ਕਹਿਣਾ ਵਾਂ। ਆ ਦੇਖ ਇਹਦਾ ਪਤਾ ਤੈਨੂੰ ਕੀ ਕਹਿੰਦੇ ਆ? ਕੀ ਕਹਿੰਦੇ ਆ? ਮੈਨੂੰ ਆਪ ਨਹੀਂ ਪਤਾ ਕੀ ਕਹਿੰਦੇ, ਮੈਂ ਤੇਰੇ ਕੋਲ ਪੁੱਛਣੇ ਆ, ਤੂੰ ਮੇਰੇ ਕੋਲ ਪੁੱਛੀ ਜਾਂਦੀ ਆ। ਇਹ ਉਹ ਆ ਜਿਹੜੀ ਆ ਤੂੰ ਬ੍ਰੇਕਾਂ ਮਾਰ ਮਾਰ ਕੇ ਗੱਡੀ ਦੀਆਂ ਚੀਕਾਂ ਕਢਾਉਂਦੀ ਆ ਨਾ ਰੋਡ ਤੇ, ਇਹ ਉਹ ਖਰਾਬ ਹੋਇਆ ਪਈਆਂ ਵਾਂ। ਹਰ ਸ਼ਹਿਰ ਦਾ ਤੂੰ ਬੇੜਾ ਗਰਕ ਕੀਤਾ ਪਿਆ ਵਾ ਗੱਡੀ ਦਾ। ਮੈਨੂੰ ਦੱਸ ਮੈਂ ਕੀ ਕਰਾਂ ਇਹਨੂੰ ਗੱਡੀ ਨੂੰ ਵੀਰੇ? ਇਹਨੂੰ ਵੇਚ ਕੇ ਕਿਤੋਂ ਚੰਗੇ ਪਾਪੜ ਖਾ ਲੈ, ਕਿਤੇ ਥੋੜ੍ਹਾ ਜਿਹਾ ਨਾ ਇੱਕ ਕੁਰਸੀ ਰੱਖ ਕੇ, ਇੱਕ ਸ਼ੀਸ਼ਾ ਲੈ ਕੇ, ਇੱਕ ਪਾਰਲਰ ਬਣਾ ਲੈ।
ਵੇ ਨਵੀਂ ਗੱਡੀ ਆ ਮੇਰੀ ਤੇ ਕਹਿੰਦੇ ਪਾਪੜ ਖਾ ਲੈ ਦੇਖੀ ਤੂੰ ਕਦੀ ਇਹੋ ਜਿਹੀ ਗੱਡੀ ਆ ਦੇਖਦੇ ਮੇਰੇ ਸਾਹਮਣੇ ਖਲੋਤੀ ਹੈ ਨਵੀਂ ਨਾਲੇ ਕਾਦੀ ਗੱਡੀ ਹੈ ਮੈਂ ਕਿਹੜਾ ਇਹਦੇ ਹੁਣ ਸਟicker ਲਾਏ ਆ ਹੈ ਐਡੀ ਕਸੀ ਹੋਈ ਗੱਡੀ ਹੈ ਜਿਹੜੀ ਤੂੰ ਲਈ ਫਿਰਦੀ ਆ ਇਹ ਤੇ ਉਸ ਮਕੈਨਿਕ ਦੀ ਆ ਗੱਡੀ ਜਿਹਨੇ ਇਹ ਗੱਡੀ ਬਣਾਈ ਸੀਗੀ ਨਾ ਜਿਹੜੇ ਮਾਲਕ ਨੇ 17 ਸਾਲ ਪਹਿਲੇ ਉਹਨੇ ਇਹ ਚਲਾਈ ਆ ਚੱਕ ਵਾਸਤੇ ਵੇ ਗੱਲਾਂ ਕੱਟ 200 ਸਾਲ ਫਿਰ ਆਵਾਮ ਦੇ ਕੋਲ ਆਈ ਫਿਰ ਤੇਰੇ ਕੋਲ ਆਈ ਇਹਨੂੰ ਵੇਚ ਕੇ ਕੋਈ ਰਕਸ਼ਾ ਲੈ ਲੈ ਤਰੀਕ ਤੇ 300 ਰੁਪਿਆ ਤੈਨੂੰ ਡੇਲੀ ਘਰ ਬੈਠੀ ਨੂੰ ਆਈ ਜਾਊਗਾ ਵੇ ਗੱਡੀ ਮੇਰੀ ਸਹੀ ਕਾਰ ਹੈ ਏਡੀ ਮਹਿੰਗੀ ਮੈਂ ਗੱਡੀ ਲਈ ਆ ਹਲੇ ਤੇ ਮੈਨੂੰ 1 ਮਹੀਨਾ ਹੋਇਆ ਲਈ ਨੂੰ ਗੱਡੀ ਓਏ 1 ਮਹੀਨਾ ਹੋਇਆ ਵੇ ਕਿੰਨੇ ਦੀ ਲਈ ਸੀ ਗੱਡੀ ਇਹ ਮੈਂ ਲਈ ਹੈ 42 ਲੱਖ ਦੀ 42 ਲੱਖ ਰੁਪਏ ਦੀ ਆਹੋ ਅਰੇ ਬਾਈ ਜਦੋਂ ਵੀ ਪਈ ਆ ਤੁਹਾਡੇ ਤੇ ਲੱਖ ਦੀ ਲਾਣਤ ਹੀ ਪਈ ਆ 42 ਲੱਖ ਤੁਹਾਡੇ ਕੋਲ ਕਿੱਥੋਂ ਆ ਗਿਆ ਮੈਨੂੰ ਇਹ ਹੀ ਨਹੀਂ ਸਮਝ ਲੱਗਣ ਦੀ ਵੀ ਤੇਰੇ ਭਾਣ ਨੇ ਗਿਫਟ ਕੀਤੀ ਆ ਉਹ ਭਾਣ ਕਰ ਸਕਦੇ ਭਾਣ ਵੱਡੇ ਬੰਦੇ ਆ ਭਾਣ ਦੀ ਕੀ ਬਾਤ ਆ ਹਾਂ ਤੇ ਹੁਣ ਦੱਸੋ ਮੈਨੂੰ ਇਹਦਾ ਕੀ ਕਰਨਾ ਵਾ ਇਹਨੂੰ ਵੀਰੇ ਜੇ ਤਾਂ ਇਹਦਾ ਕੰਮ ਤਸੱਲੀ ਬਖਸ਼ ਕਰਾਉਣਾ ਨਾ ਇਹ 2-3 ਵਰਕਸ਼ਾਪਾਂ ਦੇ ਇਹਨੂੰ ਭੇਜਣਾ ਪੈਣਾ ਠੀਕ ਆ ਇਹਦਾ ਇਲੈਕਟ੍ਰੀਸ਼ੀਅਨ ਵਾਲਾ ਕੰਮ ਲਹਿਦਾ ਹੋਣ ਵਾਲਾ ਤੇਲ ਪਾਣੀ ਇਹਦਾ ਲਹਿਦਾ ਚੇਂਜ ਹੋਣ ਵਾਲਾ ਠੀਕ ਆ ਡੈਂਟਿੰਗ ਮੈਂਟਿੰਗ ਇਹਦੀ ਲਹਿਦਾ ਹੋਣ ਵਾਲੀ ਮੇਰੀ ਗੱਲ ਸੁਣ ਮੈਨੂੰ ਡਰ ਹੀ ਲੱਗਦਾ ਵੀਰੇ ਐਵੇਂ ਕੋਈ ਉਲਟੀ ਸਿੱਧੀ ਵੇ ਨਹੀਂ ਨਾ ਕੱਟ ਦੇਣ ਹਨਾ ਉਹ ਡਰ ਓਹੋ ਕੀ ਗੱਲ ਐਮਰਜੈਂਸੀ ਵਾਰਡ ਚ ਭੇਜਣੀ ਆ ਉਲਟੀ ਸਿੱਧੀ ਵੇਣ ਹੈ ਆ ਦੇਖ ਬੇਨਾ ਟੈਪ ਹੀ ਆ ਜਿੱਡੀ ਪੁਰਾਣੀ ਗੱਡੀ ਲਈ ਫਿਰਦੀ ਆ ਡਰ ਤਾਂ ਮੈਨੂੰ ਲੱਗਣ ਲੱਗ ਗਿਆ ਵੈਸੇ ਤੋਂ ਵੀ ਰਾਤ ਤੋਂ ਇਹਦੇ ਵਿੱਚ ਮੈਨੂੰ ਆਵਾਜ਼ਾਂ ਆਉਣ ਦਈਆਂ ਸੀਗੀਆਂ ਸਾਇਆ ਵਾਸ ਤੇਰੀ ਗੱਡੀ ਦੇ ਵਿੱਚ ਇਹਨੂੰ ਕਿਤੇ ਅੱਛੇ ਬਾਬੇ ਕੋਲ ਜਾ ਕੇ ਪੁਰਾਣੀ ਆ ਕਿ ਤੇਰੀ ਪਰਨਾਨੀ ਯਾਰ ਤੇ 1 ਵੀਲਿੰਗ ਕਰਦੀ ਰਹੀ ਆ ਓਏ ਮੇਰੀ ਪਰਨਾਨੀ ਦੇ ਕੋਲ ਤਾਂ ਹੈਲੀਕਾਪਟਰ ਹੁੰਦਾ ਸੀ ਉਹਨੇ ਇੱਥੇ ਕਿਤੇ 1 ਵੀਲਿੰਗ ਵੀਰੇ ਇਹਨੂੰ ਨਾ ਕਿਤੇ ਵੇਚ ਕੇ ਨਾ ਕੋਈ ਹੋਰ ਸ਼ਾਇ ਲੈ ਲੈ ਕੋਈ ਚੱਲਦੀ ਕੋਈ ਮਾੜੀ ਮੋਟੀ ਕੋਈ ਮੋਟਰਸਾਈਕਲ ਲੈ ਲੈ ਇਹ ਤੇਰੇ ਵਸ ਦਾ ਕੰਮ ਨਹੀਂ ਇਹਦਾ ਰੋਜ਼ ਰੋਜ਼ ਦਾ ਕੁੱਤੀ ਚੀਕਾ ਮਕਾ ਦੇ ਵੇ ਕੁੱਤੇ ਦਾ ਤੇ ਪਤਾ ਚੱਲ ਗਿਆ ਚੀਖੇ ਆਪੇ ਚੀਖਾ ਮੁੱਕ ਜਾਣਗੇ ਚੱਲ ਤੂੰ ਸਹੀ ਕਰ ਇਹਨੂੰ ਠੀਕ ਹਰ ਸ਼ਾਇ ਦਾ ਬਗਾੜੀ ਪਈ ਹੈ ਇਹਦੀ ਹੈ ਉਹਦਾ ਹਾਲ ਮਾੜਾ ਕੀਤਾ ਹੋਇਆ ਤੇਰ ਤੋਂ ਵੀ ਮਾੜਾ ਹਾਲ ਹੋਇਆ ਹੋਇਆ ਇਸ ਟਾਈਮ ਗੱਡੀ ਦਾ ਉਹਦਾ ਚਿਮਟਾ ਹੀ ਖਰਾਬ ਕਰ ਦਿੱਤਾ ਵਾ ਫੜ ਕੇ ਤਵਾ ਸਹੀ ਆ ਤਵਾ ਕਿੱਥੇ ਸਹੀ ਰਹਿਣਾ ਵਾ ਜੇ ਤੂੰ ਜਿਮਟਾ ਹੀ ਨਹੀਂ ਸੱਚ ਅੱਜ ਦਾ ਰਿਹਾ ਤਵਾ ਵੀ ਤੂੰ ਰੋਟੀਆਂ ਪਕਾ ਪਕਾ ਕੇ ਸਾੜ ਦਿੱਤਾ ਹੈ ਤੰਦੂਰ ਆ ਕੇ ਗੱਡੀ ਆ ਤੰਦੂਰ ਤੋਂ ਵੀ ਮਾੜਾ ਹਾਲ ਹੋਇਆ ਵਾ ਗੱਡੀ ਤੇਰੀ ਦਾ ਇਹ ਕਿਸੇ ਕੰਮ ਦੀ ਨਹੀਂ ਰਹਿ ਗਈ ਅੱਛਾ ਚੱਲ ਮੈਨੂੰ ਦੱਸ ਹੁਣ ਇਹ ਤੇ ਖਰਚਾ ਕਿੰਨਾ ਆਣਾ ਵਾ ਇਹਦੇ ਤੇ ਖਰਚਾ ਆਉਣਾ ਵਾ ਆ ਟਾਇਰ ਟੂਪ ਇਹਦੇ ਨਵੇਂ ਬਦਲਨੇ ਪੈਣੇ ਆ ਸਾਰੇ ਠੀਕ ਅੱਛਾ ਹੋਰ 70,000 ਤਾਂ ਉਹੀ ਹੋ ਗਿਆ ਤੇਰਾ ਸਿੱਧਾ ਸਿੱਧਾ ਫਿਰ ਇਲੈਕਟ੍ਰੀਸ਼ਨ ਦਾ ਕੰਮ ਹੋਣਾ ਵਾ 40,000 ਰੁਪਿਆ ਉਹਦਾ ਕੰਮ ਦਾ ਵਾ 20,000 ਉਹਦੀ ਮਜ਼ਦੂਰੀ ਆ ਇਹ ਚੋਰੀ ਦੀ ਨਹੀਂ ਆ ਗੱਡੀ ਮਿਹਨਤ ਦੀ ਕਮਾਈ ਦੀ ਆ ਇਹ ਜਿਹੜੀ ਮਿਹਨਤ ਦੀ ਕਮਾਈ ਆ ਫਿਰ ਇਹੋ ਜੀ ਲੈ ਲਈ ਚੱਲ ਟੋਟਲ ਦੱਸ ਟੋਟਲ ਕੀ ਟੋਟਲ ਤੇ ਅਡਰ ਬਣ ਜਾਣਾ ਵਾ ਕੋਈ 2-2.5 ਲੱਖ ਰੁਪਏ ਦਾ ਖਰਚਾ ਆ ਜਾਣਾ ਵਾ ਤੇ ਦਿਨ ਲੱਗਣਗੇ 4 ਚੌਥੇ ਦਿਨ ਗੱਡੀ ਮਕੈਨਿਕ ਆਪ ਤੁਹਾਡੇ ਘਰ ਛੱਡ ਕੇ ਆਏਗਾ ਤੁਹਾਨੂੰ ਚੈੱਕ ਕਰਾ ਕੇ ਤੁਹਾਡੀ ਤਸੱਲੀ ਕਰਾ ਕੇ ਜਿਹਨੇ 2.5 ਲੱਖ ਭਰੋਟ ਲੈਣਾ ਵਾ ਤੇ ਉਹਨੇ ਤੇ ਫਿਰ ਆਪ ਹੀ ਘਰ ਛੱਡ ਕੇ ਆਣੀ ਆ ਗੱਡੀ ਘਰ ਤੇ ਤੂੰ ਕਹਿੰਦੀ ਮੈਂ ਛੱਡ ਆਉਂਗਾ ਵੀਰੇ ਗੱਲ ਸੁਣ ਮੁੱਖ ਮਕਾ ਕਰ ਫਿਕਸ ਰੇਟ ਕਰ ਤੇ ਮناسب ਕਰਕੇ ਗੱਲ ਮਕਾ ਇਹਦੇ ਤੇ ਮناسب ਨਹੀਂ ਉਰੇ ਆ ਤੂੰ ਮੇਰੇ ਨਾਲ ਥੱਲੇ ਆ ਜਰਾ ਉਰੇ ਆ ਨਹੀਂ ਮੈਂ ਕਿਉਂ ਥੱਲੇ ਆਵਾ ਹੈ ਉਹ ਆ ਤਾਂ ਸਹੀ 1 ਮਿੰਟ ਮੈਂ ਕਿਹੜਾ ਤੈਨੂੰ ਅੰਦਰ ਛੁਰਾ ਮਾਰ ਦੇਣਾ ਮੈਂ ਤੇਰੇ ਢਿੱਡ 'ਚ ਉਹਨੂੰ ਤੈਨੂੰ ਦਿਖਾਵਾਂ ਉਹਦਾ ਤੂੰ ਹਾਲ ਕੀ ਬੁਰਾ ਕੀਤਾ ਪਿਆ ਵਾ ਕਦੀ ਧਵਾਈ ਨਹੀਂ ਇਹ ਹੈ ਕਦੀ ਧੋਤੀ ਨਹੀਂ ਇਹ ਹਰ ਹਫਤੇ ਧਵਾਈ ਦੀ ਆ ਗੱਡੀ ਹਰ ਹਫਤੇ ਧਵਾਈ ਦੀ ਆ ਇਹ ਤੇਰੇ ਹੱਥ ਲੱਗਣ ਵਾਲੇ ਦੀ ਗੰਦੀ ਹੋਈ ਆ ਉਹ ਮੇਰੇ ਹੱਥ ਦੇਖ ਸਾਫ ਸੁਥਰੇ ਕੰਮ ਵਾਲੇ ਹੱਥ ਵਾ ਹੁਣ ਅਸੀਂ ਕੰਮ ਤੇ ਆਏ ਆ ਹੱਥ ਵੀ ਨਾ ਗੰਦੇ ਕਰੀ ਇੰਨੀ ਮਿੱਟੀ ਐ ਤੇ ਨਹੀਂ ਜਿਹਨੇ ਤੇਰੇ ਹੱਥਾਂ ਤੇ ਚੈੱਕ ਕਰ ਜਰਾ ਉਹ ਫੇ ਮਿਹਨਤ ਮਜ਼ਦੂਰੀ ਕਰਨ ਨੇ ਅਸੀਂ ਕਿਹੜਾ ਤੇਰੇ ਵਾਂਗੂ ਤੂੰ ਵੀ ਤਾਂ ਦੇ ਨਾ 2 ਕਿਲੋ ਬੇਸ ਲਾ ਕੇ ਆ ਗਈ ਪਾਈਆ ਸੁਰਗੀ ਲਾਈ ਹੋਈ ਆ ਤੂੰ ਅੱਛਾ ਮੈਨੂੰ ਇਹ ਦੱਸ ਕਿ ਮਕਾ ਰੇਟ ਸਹੀ ਸ਼ੈਵਾਂ ਦਾ ਦੱਸ ਮਕਾ ਰੇਟ ਤੂੰ ਕਿਹੜਾ ਇੱਥੇ ਵੀ ਕਿਤੇ ਪਠਾਨ ਦੇ ਕੋਲ ਆਈ ਆ ਮਕਾ ਰੇਟ ਇਹਦਾ ਤੈਨੂੰ ਮੈਂ ਫਿਕਸ ਦੱਸਦਾ ਕਿੰਨੇ ਦੀ ਕੰਗੀ ਪੈਣੀ
ਕੰਗੀ ਇਹਦੀ ਪੈਣੀ ਆ 35,000 ਰੁਪਏ ਦੀ। ਵੇ ਦੇਖ ਨਾ ਕਰ, 250 ਵਾਲੀ ਜਿਹੜੀ ਪੈਂਦੀ ਕੰਗੀ ਪਾ ਕੇ ਕੰਮ ਕਾ। ਆ ਦੇਖ ਆ ਕੋਲੀਆਂ, ਆ ਰਾਤੀ ਮੈਂ ਬੈਲਟ ਕਰਾ ਕੇ ਲਿਆਇਆ। ਮੈਨੂੰ ਦੱਸ ਦਾ ਮੈਂ ਘਰੋਂ ਲੈਂਦੀ। ਅੱਛਾ, ਕੋਈ ਚਮਚੇ ਵੀ ਲਿਆਂਦੀ ਨਾਲ, ਪਲੇਟਾਂ ਵੀ ਲਿਆਂਦੀ ਨਾਲ। ਓਏ ਇਹਦੀਆਂ ਹੋਰ ਹੁੰਦੀਆਂ, ਤੇਰੇ ਘਰ ਹੋਰ ਪਈਆਂ ਵਾ। ਸਾਰਾ ਤਾਂ ਕੰਮ ਇਹਦਾ ਤੂੰ ਪੁੱਠਾ ਕੀਤਾ ਪਿਆ ਵਾ ਗੱਡੀ ਦਾ। ਅੱਛਾ ਬਾਕੀ ਕਿਹੜੀ ਸ਼ੈ ਪੈਣੀ ਸੀ? ਗੋਡੇ, ਗੋਡੇ ਪੈਣ ਵਾਲੇ ਆ। ਕੋਈ ਆਪਾਂ ਲੈ ਲੈਂਦੇ ਆ, ਕੋਈ 700-800 ਵਾਲੇ ਗੋਡੇ ਜ਼ਰੂਰੀ ਐਡੇ ਮਹਿੰਗੇ ਪਾਣੇ ਆ? ਕਿੰਨੇ ਵਾਲੇ ਗੋਡੇ? 700-800 ਵਾਲੇ ਲੈ ਲੈਂਦੇ ਆ। ਉਹ ਫਿਰ ਗੋਡੇ ਅੰਦਰੋਂ ਖਾਲੀ ਹੋਣੇ, ਉਹਨਾਂ ਦੇ ਪੱਲੇ ਕੱਖ ਨਹੀਂ ਹੋਣਾ। ਬੈਟਰੀ ਇਹਦੀ ਪੈਣ ਵਾਲੀ ਆ। ਚੂੜੀਆਂ ਪੈਣ ਵਾਲੀਆਂ, ਕੱਚ ਦੀਆਂ ਪਾਣੀਆਂ ਵਾ ਜਾਂ ਉਹ ਮੈਟਲ ਦੀਆਂ ਪਾਣੀਆਂ? ਇਹ ਮੈਨੂੰ ਦੱਸ ਕਿਹੜੀਆਂ ਪਾਣੀਆਂ। ਚਾਂਦੀ ਦੀਆਂ ਪਾ ਦੀਆਂ ਇਹਨੂੰ, ਪਿੱਤਲ ਦੀਆਂ ਚੂੜੀਆਂ ਚ ਕਿੱਥੇ ਪੈਂਦੀਆਂ? ਉਹ ਬੀਬੀ ਤੂੰ ਮੇਰਾ ਦਿਮਾਗ ਨਾ ਐਵੇਂ ਖਾਈ ਜਾ, ਇੱਧਰ ਆ ਮੈਂ ਤੈਨੂੰ ਇਹਦੀਆਂ ਸ਼ੈਮਾਂ ਤੈਨੂੰ ਤੇਰੇ ਸਾਹਮਣੇ ਦਿਖਾ ਦਵਾਂ ਵੀ ਇਹਨੂੰ ਮਸਲਾ ਕੀ ਆ। ਉਰੇ ਆ, ਕੀ ਆ ਮਸਲਾ? ਆ ਇੱਧਰ ਆ ਦੇਖ, ਆ ਹੱਬ, ਉਹ ਸ਼ੁਕਰ ਕਰ ਤੇਰੀ ਜਾਨ ਬਚ ਗਈ, ਇਹਨੇ ਤੇਰਾ ਕਿਤੇ ਪਟਾਕਾ ਨਹੀਂ ਪਵਾ ਦਿੱਤਾ। ਇਹਨੇ ਤੈਨੂੰ ਐਸਾ ਚੱਕ ਕੇ ਮਾਰਨਾ ਸੀਗਾ, ਤੇਰੀਆਂ ਬੋਟੀਆਂ ਆਉਣੀਆਂ ਸੀਗੀਆਂ ਘਰ। ਇਹ ਮਸਲਾ ਦੱਸ ਵੇ ਬਨੂ ਸਾ। ਮਸਲਾ ਕੀ ਦੱਸਾ? ਆ ਸਾਰੀ ਆ ਹੱਬ ਦੇਖ, ਹੱਥ ਲਾਓ ਕੰਬਣ ਨਹੀਂ ਆ, ਇਹ ਇੰਜ ਇੰਜ ਕਰਦੀ ਆ ਗੱਡੀ। ਇੰਨੀ ਕੀ ਗੱਲ ਆ, ਮੈਨੂੰ ਦੱਸ ਦਾ ਮੈਂ ਜਰਸੀ ਪਵਾ ਦਿੰਦੀ ਇਹਨੂੰ। ਹੈ ਇਹ ਤੇਰਾ ਤਾਇਆ ਸੋਹਰਾ ਨਹੀਂ, ਇਹ ਹੱਬ ਵਾ, ਉਹਦੀ ਕੰਬਣ ਦੇਈ ਇਹ ਜਰਸੀ ਪਵਾ ਦਿੰਨੀ। ਚੱਲ ਮੈਂ ਕੰਬਲ ਲੈ ਦਿੰਦੀ ਇਹਨੂੰ। ਉਹ ਤੇਰੀ ਸਮਝ ਚ ਕਿਉਂ ਨਹੀਂ ਆਉਣ ਦੇਈ? ਉਹ ਮੇਰੀ ਗੱਲ ਇੱਧਰ ਦੇਖ, ਆ ਸਾਰਾ ਜ਼ੰਗ ਲੱਗਾ ਪਿਆ ਵਾ ਇਹਦੇ ਵਿੱਚ, ਇਹਦੀ ਆ ਆ ਗੁੱਲੀ ਸਾਰੀ ਆ ਖਰਾਬ ਹੋਈ ਪਈ ਆ। ਮੈਂ ਹੁਣ ਇਹਦਾ ਕੀ ਕਰ ਲਵਾਂ? ਸਾਫ਼ ਕਰ ਲੈ, ਟੁੰਡਾ ਵਾ ਤੂੰ। ਉਹ ਸਾਫ਼ ਮੈਂ ਹੁਣ ਕਿੰਨੀ ਕੁ ਕਰੀ ਜਾਵਾਂ ਇਹਦੇ ਮੈਂ ਸਾਫ਼? ਹੈ ਅੱਛਾ, ਹੋਰ ਦੱਸ ਕੀ ਕੀ ਮਸਲਾ ਵਾ ਤੇਰੇ ਤੇ? ਜਮਾ ਹੀ ਨਹੀਂ ਯਕੀਨ ਹੁੰਦਾ ਪੈਸੇ ਬਣਾਉਣ ਦੇ ਖਾਤਰ ਤੁਸੀਂ ਤੇ ਪਤਾ ਨਹੀਂ ਕੀ ਕੀ ਕਰ ਹੀ ਜਾਂਦੇ ਮੇਰੀ ਗੱਡੀ। ਵੀਰੇ ਰੱਬ ਨੂੰ ਜਾਨ ਦੇਣੀ ਆ, ਅਸੀਂ ਤੁਹਾਡੇ ਕੋਲ ਜਾਇਜ਼ ਮੁਨਾਸਬ ਮੰਗੇ ਆ, ਪੂਰੀ ਮਾਰਕੀਟ 'ਚ ਸਾਡਾ ਇੱਕ ਨਾਮ ਆ, ਜਿੱਥੋਂ ਮਰਜ਼ੀ ਪਤਾ ਕਰ ਲੈ। ਤੂੰ ਇੰਨੀ ਕੁ ਤੇਰੀ ਜਾਣਾ ਨਾ ਵੀ ਦੇਗਾ ਤੇ ਕੀ ਜਾਣਾ ਵਾ? ਠੀਕ ਆ ਫਿਰ, ਇਹਦਾ ਤੂੰ ਆ ਹਾਲ ਦੇਖ, ਆ ਸਾਰਾ ਅੰਦਰ ਆ ਗੰਦ ਦੇ ਨਾਲ ਆ ਗਲਿਆ ਪਿਆ ਵਾ, ਆ ਜੰਗ ਲੱਗਿਆ ਪਿਆ ਵਾ ਇਹਨੂੰ। ਨਹੀਂ ਗਲਿਆ ਪਿਆ ਵਾ ਇਹਨੂੰ, ਕਿਹਦਾ ਚੁੱਲ੍ਹੇ ਤੇ ਰੱਖ ਕੇ ਪਕਾਇਆ ਕਿ ਗਲ ਗਿਆ ਗੋਸ਼ਤ ਆ ਜਿਹੜਾ ਗਲਿਆ ਪਿਆ ਵਾ? ਚੱਲ ਅੱਗੇ ਦੇਖ, ਅੱਗੇ ਕਿਹੜੇ ਕੰਮ ਆ ਹੋਰ? ਆ ਦੇਖ ਆ ਕੀ ਕੰਮ ਕੀਤਾ ਤੂੰ? ਹੈ ਮੇਰੀ ਗੱਡੀ ਤੇ ਨਵਾਂ ਪੇਂਟ ਚੜਾਉਣਾ ਚਾਹ ਰਿਹਾ ਵਾ। ਉਹ ਪੇਂਟ ਨਹੀਂ ਚੜਾਇਆ, ਉਹ ਦਰਖਤ ਵਾ ਉੱਤੇ, ਇਹਦੇ ਤੇ ਜਰਾ ਥੋੜਾ ਜਿਹਾ ਇਹਦਾ ਮੇਕਅਪ ਹੋ ਗਿਆ। ਆ ਦੇਖ ਆ ਅੰਦਰ ਇਹਦੀਆਂ ਸੀਟਾਂ ਉਹ ਖਰਾਬ ਕੀਤੀਆਂ ਪਈਆਂ ਵਾ, ਉਹ ਇਹਦਾ ਉਹ ਕੀ ਕਹਿੰਦੇ ਉਹਨੂੰ, ਉਹ ਸਾਰੀਆਂ ਦੀ ਹੁਸ਼ਾਰੇ ਦੇ ਉਹ ਤੂੰ ਉਡਾਏ ਪਏ ਹਰ ਸ਼ਾਇ। ਮੈਂ ਅਸੀਂ ਕੀ ਕਰ ਲਈਏ? ਕੀ ਪਰ ਲੱਗੇ ਸੀ ਇਸ਼ਾਰੇ ਉਡਾਏ ਪਏ ਆ? ਹੈ ਇਸ਼ਾਰੇ ਚਿੜੀਆਂ ਮੇਰੇ ਨਾਲ ਨਾ ਇਹੋ ਜਿਹੇ, ਮੈਨੂੰ ਇਸ਼ਾਰੇ ਨਾ ਕਰ। ਕੈਸਾ ਤੇਰਾ ਕੁੱਟੀ ਕੁੱਪੀ ਵਰਗਾ ਮੂੰਹ ਆ, ਮੇਰੀ ਗੱਲ ਨੂੰ ਤੂੰ ਕਿਉਂ ਨਹੀਂ ਸਮਝਣ ਦੇਈ? ਅੱਛਾ ਹੋਰ ਦੱਸ ਪਿਛਲੇ ਕੀ ਮਸਲਾ ਵਾ? ਪਿਛਲਾ ਦੇਖ ਲੈ, ਆ ਟਾਇਰ ਆ, ਆ ਹੋਰ ਇੱਕ ਦਿਹਾੜੀ ਦੀ ਗੱਲ ਵਾ, ਦੇਖ ਲਈ ਤੇਰੇ ਸਾਹਮਣੇ ਇਹਨੇ ਪਟਾਕਾ ਮਾਰਨਾ ਵਾ। ਨਹੀਂ ਇਹ ਕਿਸੇ ਬਰਾਤ ਤੇ ਜਾ ਰਿਹਾ ਜਿਹੜਾ ਇਹਨੇ ਪਟਾਕਾ ਮਾਰਨਾ ਵਾ? ਹੈ ਕਾਤੋਂ ਪਟਾਕੇ ਇਹ ਚ ਵਜਣੇ ਆ? ਓਏ ਟਾਇਰ ਤੁਹਾਡਾ ਬਿਲਕੁਲ ਖਰਾਬ ਹੋ ਗਿਆ ਵਾ ਵੀਰੇ, ਆ ਰਿਮ ਚੈੱਕ ਕਰ, ਆ ਲੈ ਖੜਕੇ ਪਏ ਆ। ਹੁਣ ਆ ਦੇਖ ਆ ਢੱਕਣ ਹੀ ਨਹੀਂ ਖੁੱਲਣ ਦਿਆ, ਇਹ ਪਤਾ ਨਹੀਂ ਸਾਰੀ ਜ਼ਿੰਦਗੀ ਵਾਸਤੇ ਸਦਾ ਵਾਸਤੇ ਹੀ ਬੰਦ ਕਰਾ ਲਿਆ ਵਾ ਤੁਸੀਂ। ਇਹ ਚਾਬੀ ਨਾ ਖੋਲਦਾ ਵਾ, ਇੰਨਾ ਹੀ ਨਹੀਂ ਪਤਾ? ਉਹ ਚਾਬੀ ਲਾ ਲਾ ਕੇ ਤਾਂ ਮੈਂ ਤੋੜਤੀ ਹੈ ਇਹਦੇ ਤੇ, ਚਾਬੀ ਨਾਲ ਮੇਰੇ ਕੋਲ ਖੁੱਲਿਆ ਹੀ ਨਹੀਂ, ਇਹ ਪਤਾ ਨਹੀਂ LB ਪਾ ਕੇ ਕਿਸੇ ਨੇ ਪੱਕਾ ਬੰਦ ਕੀਤਾ ਵਾ। ਆ ਦੇ ਸਾਰੀ ਗੱਲ, ਆ ਜੰਗ ਲੱਗਾ ਪਿਆ ਵਾ, ਗੱਡੀ ਤੇਰੀ ਬਹੁਤ ਹੀ ਨਾ ਨਾਜ਼ੁਕ ਹਾਲਤ 'ਚ ਹੋਈ ਆ, ਕੱਚੀ ਹੋਈ ਪਈ ਆ, ਕਿਸੇ ਵੀ ਟਾਇਰ ਹੋਈ ਪਈ, ਸੀਮਟ ਲਵਾ ਦੇਵਾਂ ਉੱਤੇ, ਕੱਚੀ ਹੋਈ ਪਈ ਆ।
ਇਹਦੇ ਤੇ ਫਰਸ਼ ਪਵਾਉਣਾ ਮੈਂ, ਤੂੰ ਸੀਮਟ ਲਵਾ ਦਵਾਂ ਇਹਦੇ ਤੇ, ਤੂੰ ਕੋਈ ਗੱਲ ਕਰਨ ਵਾਲੀ ਕਰ, ਗੱਡੀ ਤੂੰ ਇਹ ਬੋਰੇ 'ਚ ਪਾ ਕੇ ਲਿਆਉਣੀ ਆ ਵਿੱਚ ਹੀ ਤੈਨੂੰ, ਉਹ ਕਹਿੰਦਾ ਇਹ ਕਿਤੇ ਵੱਜਣੀ ਐਸੀ, ਇਹਦੇ ਤਾਂ ਵੱਜਣਾ ਹੀ ਕੱਖ ਨਹੀਂ। ਨਹੀਂ ਸ਼ਕਲ ਲਾਣਾ ਚੰਗੀ ਹੋਵੇ, ਬੰਦਾ ਗੱਲ ਚੰਗੀ ਮੂੰਹੋਂ ਕੱਢ ਲਵੇ, ਗੱਲ ਚੰਗੀ ਮੂੰਹੋਂ ਕੱਢ ਲਵੇ। ਆ ਦੇਖ ਹਰ ਸ਼ਾ ਨੰਬਰ ਪਲੇਟ ਤੇਰੀ ਉਹ ਲਮਕੀ ਪਈ ਆ, ਮੈਂ ਰਾਤ ਦੇ ਉੱਥੇ ਨਟ ਲਾ ਲਾ ਕੇ ਪਾਗਲ ਹੋਣ ਵਾਲਾ ਹੋ ਗਿਆ। ਨਹੀਂ ਲਮਕੀ ਪਈ ਆ, ਲਮਕੀ ਕਿਉਂ ਆ, ਚੰਗੀ ਭਾਲੀ ਤੇ ਲੱਗੀ ਹੋਈ ਸੀ। ਆ ਮੈਂ ਹੁਣ ਇਹਨੂੰ ਬੜਾ ਪੱਕਾ ਗਿਲੂ ਲਾ ਕੇ ਚਪਕਾਈ ਆ, ਨਟ ਇਹਦੇ ਤੇ ਕੋਈ ਲੱਗਣ ਹੀ ਨਹੀਂ ਸੀ ਦਿਆ। ਚੱਲ ਹੋ ਗਿਆ ਨਾ ਸਹੀ, ਹੁਣ ਹੁਣ ਤੁਸੀਂ ਦੱਸ ਫਿਰ ਹੁਣ ਇਹਦਾ ਕੀ ਕਰਨਾ। ਵੀ ਜਿੰਨਾ ਤੂੰ ਮੈਨੂੰ ਕਹਿ ਦਿੱਤਾ ਮੈਂ ਕਹਿਣ ਦਈ ਆ, ਹੋਰੇ ਕਬਾੜਾਂ ਦੇ ਕੇ ਰੋੜੀ ਪੂੜਾ ਹੀ ਲੈ ਲਵਾਂ, ਜੋ ਤੂੰ ਹਾਲਤ ਦੱਸਦੀ ਮੇਰੀ ਗੱਡੀ ਦੀ। ਤੂੰ ਸ਼ੁਕਰ ਕਰ ਤੇਰੇ ਕੋਲ ਆ ਗੱਡੀ ਆ ਗਈ, ਤੁਹਾਡੇ ਨਸੀਬਾਂ ਦੇ ਵਿੱਚ ਗੱਡੀ ਹੈ ਹੀ ਨਹੀਂ ਸੀ। ਉਹ ਦਵਾਵਾਂ ਦੇ ਉਸ ਮੇਰੇ ਭਾਈ ਨੂੰ ਜਿਹੜੇ ਵਿਆਹ ਤੋਂ ਤੇਰੇ ਕੋਲ ਗੱਡੀ ਆ ਗਈ ਆ, ਹੈ ਤੇ ਇਹਦਾ ਕੰਮ ਵੀ ਕਰਾ ਮਾੜਾ ਮੋਟਾ, ਇਹਦੇ ਉੱਤੇ ਵੀ ਲਾ ਲੈ। ਉੱਤੇ ਹੀ ਇਹਦੇ ਲਾ ਲੱਗੀ ਆ। ਹਾਂ ਤੂੰ ਕਿੰਨਾ ਬਿੱਲ ਬਣਾਇਆ ਸੀ? ਮੈਂ ਇਹਦਾ ਬਣਾਇਆ ਪਰ 2.5-2 ਲੱਖ ਰੁਪਇਆ ਬਣਿਆ। 2 ਲੱਖ ਰੁਪਇਆ, ਠੀਕ ਆ, ਗੱਲ ਮੁੱਕਦੀ ਮਖਾ। ਤੂੰ 2 ਲੱਖ ਬਣਾਇਆ ਨਾ ਬਿੱਲ ਟੋਟਲ, ਤੇ ਤੂੰ ਟੋਟਲ ਚ ਤੇਰਾ ਨੁਕਸਾਨ ਨਹੀਂ ਕਰਨਾ, ਤੂੰ ਮੇਰਾ ਭਰਾ ਵਾ, ਤੇਰਾ ਖਿਆਲ ਆ, ਤੂੰ ਇੰਜ ਕਰ 5,000 ਲੈ ਤੇ ਫਟਾਫਟ ਗੱਡੀ ਮੈਨੂੰ ਸਹੀ ਕਰਕੇ ਘਰ ਪਹੁੰਚਾ ਕਰ, ਮੇਰੀ ਗੱਲ ਸਾਰਾ ਕੰਮ ਕਰ। ਟਾਇਰ ਨਵੇਂ ਪੁਆਈ, ਦੇਖ ਟਾਇਰ ਮੈਂ ਚਾਈਨਾ ਦੇ ਨਹੀਂ, ਮੈਨੂੰ ਚਾਹੀਦੇ ਇਹਦੇ ਓਰੀਜਨਲ ਟਾਇਰ ਚਾਹੀਦੇ ਆ, ਠੀਕ ਆ। ਤੇ ਬਾਕੀ ਇਹਦੀਆਂ ਸੀਟਾਂ ਦੇ ਕਵਰ ਅਗਰ ਗੰਦੇ ਆ ਤੇ ਉਹ ਵੀ ਬਦਲਾ ਦੇ, ਉਹ ਸੀ 5,000। ਹਾਂ 5,000 ਚ ਹੋਰ ਦੱਸ ਦੇ, ਹੋਰ ਕੀ ਚੂੜੀਆਂ ਛੁੜੀਆਂ ਜਿਹੜੀਆਂ ਇਹਨੂੰ ਪਾਣੀਆਂ ਵਾ, ਨਾਲ ਗਜਰੇ ਵੀ ਭਾਵੇਂ ਪਾ ਦੇ। ਓਕੇ ਹੋਰ, ਤੂੰ 20-30 ਰੁਪਏ ਵੱਧ ਲੈਣੇ ਹੋਏ ਲੈ ਲਈ ਹੋਰੇ। ਮੇਰੀ ਗੱਲ ਸੁਣ, ਮੈਂ ਤੈਨੂੰ ਗੱਡੀ ਨਵੀਂ ਨਾ ਲੈ ਦੂੰ, ਜੇ ਤੇਰਾ ਜੀ ਕਰਦਾ 5,000 ਚਾਂਦੀ ਤੇ ਲੈ ਦੇ। ਤੂੰ ਮੇਰੀ ਮਾਸੀ ਦੀ ਕੁੜੀ ਆ, ਤੈਨੂੰ ਮੇਰਾ ਜੀ ਕਰਦਾ ਤੈਨੂੰ ਮੈਂ ਲੈ ਦਵਾਂ ਗੱਡੀ। ਉਹ ਕੋਈ ਗੱਲ ਕਰਨ ਵਾਲੀ ਕਰ, ਕੋਈ 1,000 ਨੂੰ ਹੱਥ ਮਾਰ, ਉਹ 5,000 ਰੁਪਏ ਦੀ ਤਾਂ ਰਿਮੋਟ ਵਾਲੀ ਗੱਡੀ ਆਉਂਦੀ ਆ, ਤੂੰ ਵੱਡੀ ਗੱਡੀ ਦਾ ਮੈਨੂੰ 5,000 ਦੇ ਜਾਂਦੀ। ਚੱਲ ਤੂੰ 6 ਲੈ ਲੈ। ਵੀ ਤੂੰ ਮੇਰੇ ਕੋਲ ਪਠਾਨਕੋਟ ਆਈ ਆ ਕਿਤੇ, ਹੈਂ? ਮੈਂ ਤੇਰੇ ਕੋਲ 2 ਲੱਖ ਮੰਗਣ ਨੇ ਆ, ਪਰ ਤੂੰ ਮੈਨੂੰ 5,000 ਕਹੀ ਜਾਂਦੀ। ਦੇਖੋ ਬੁੱਢੀ ਕੀ ਜਿਹੜੀ ਬਹਿਸ ਨਾ ਕਰੇ। ਉਹ ਬਹਿਸ ਇਹੋ ਜੀ ਬੁੱਢੀ ਦਾ ਮੈਂ ਮਾਰਕੀਟ ਸਿਰ ਨਾ ਪਾੜ ਦਵਾਂ। ਤੇ ਉਹ ਬੁੱਢੀ ਕੀ ਜਿਹੜਾ ਡਿਸਕਾਊਂਟ ਨਾ ਲਵੇ। ਓਏ ਉਹਦਾ ਹਾਲ ਤਾਂ ਦੇਖ, ਹਰ ਸ਼ਾਇਦ ਤਾਂ ਉਹਦੀ ਮੈਂ ਬਾਹਰ ਕੱਢ ਕੇ ਰੱਖੀ। ਆ ਦੇ ਆ ਸਾਰੀ ਰਾਤ ਲਾਈ ਐ ਇਹਨੂੰ ਖੋਲਣ ਤੇ, ਹੈ? ਇਹ ਤੂੰ ਔਰਾ ਖੀਰਾ ਖੀਰਾ ਪੁਰਜ਼ਾ ਕੱਢ ਦਿੱਤਾ ਵਾ, ਹੈ? ਉਹਦਾ ਕੰਮ ਹੀ ਸਾਰਾ ਹੋਣ ਵਾਲਾ ਸੀ ਪੁਰਜ਼ਾ, ਉਹਦਾ ਮੈਂ ਹੁਣ ਕੀ ਕਰ ਦਵਾਂ? ਤੂੰ ਤੇ ਔਰੀਆਂ ਉਂਗਲਾ ਸ਼ੁਂਗਲਾ ਕੱਢ ਕੇ ਤੂੰ ਤੇ ਸਾਰਾ ਕੁਝ ਬਾਹਰ ਕੱਢਤਾ। ਵੀਰੇ ਰੁਪਿਆ ਲੱਗਣਾ ਵਾ ਤੇਰੇ ਮੂੰਹ ਨੂੰ। ਚੱਲ ਰੁਪਿਆ ਲਾ ਲੈ ਮੇਰੀ ਗੱਲ ਸੁਣ ਲੈ, ਮੇਰੀ ਗੱਲ ਤਾਂ ਪੂਰੀ ਸੁਣ ਲੈ। ਉਹ ਪਹਿਲੇ ਗੱਲ ਤੇ ਸੋਣੀ ਸੁਣ ਲੈ ਪੂਰੀ, ਕਿਹਦਾ ਫੀਡਰ ਵਰਗਾ ਮੂੰਹ ਆ। ਰੁਪਿਆ 1,80,000 ਦੇ ਦੀ, ਪਰਸੋਂ ਤੈਨੂੰ ਗੱਡੀ ਤਿਆਰ ਮਿਲੀ। ਗੱਲ ਸੁਣ ਮੇਰੀ, ਮੁੱਕਦੀ ਮਕਾ 7,000 ਪੱਕਾ ਤੇ ਮੈਨੂੰ ਗੱਡੀ ਭਿਜਵਾ ਦੇ। ਇੱਧਰ ਦੇਖ, ਆ ਜਿਹੜੀਆਂ ਏਸੀ ਵਾਲੀਆਂ ਇਹਦੀਆਂ ਮੈਂ ਪਲੇਟਾਂ ਕੱਢੀਆਂ ਵਾ, ਉਹਨਾਂ ਦਾ ਵੀ ਕੰਮ ਹੋਣ ਵਾਲਾ ਵਾ। ਇਹ ਮੈਂ ਤੈਨੂੰ 7,000 ਕੱਢੀਆਂ ਚੌਲ ਖਾਣੇ ਸਿਰ 'ਚ, ਇਹ ਕੱਢੀਆਂ ਕਿਉਂ? ਉਹ ਕੰਮ ਹੋਣ ਵਾਲਾ ਸੀ, ਉਹਦੇ ਸਾਰੇ ਉਹ ਖਰਾਬ ਹੋਏ ਪਏ ਸੀਗੇ ਉਹਦੇ ਪਰਦੇ। ਮੈਨੂੰ ਸਾਰਾ ਪਤਾ ਤੁਹਾਡੇ ਡਰਾਮੇਬਾਜ਼ੀ ਦੀਆਂ, ਇੰਜ ਕੱਢ ਕੇ ਰੱਖੀਆਂ ਹਲਵਾ ਪਾ ਕੇ ਖਾਣਾ ਸੀ ਵਿੱਚ। ਉਹ ਵੀਰੇ ਉਹਦੀਆਂ ਜਾਲੀਆਂ ਖਰਾਬ ਹੋਈਆਂ ਵਾ, ਤੈਨੂੰ ਕਿਉਂ ਨਹੀਂ ਸਮਝ ਲੱਗਣ ਦਈ ਉਹ ਤੂੰ ਕੀ ਖਾ ਕੇ ਆਈ ਆ ਉਹ ਘਰੋਂ? ਗੱਲ ਸੁਣ ਮੇਰੀ, ਹਾਂ, ਜੇ ਤੂੰ ਮੇਰੀ ਗੱਡੀ 6,000 ਚ ਨਾ ਸਹੀ ਕੀਤੀ, ਮੈਂ ਤੇਰੇ ਤੇ ਪਾ ਦੇਣਾ ਕੇਸ, ਤੇ ਮੈਂ ਪੁਲਿਸ ਕੋਲ ਚਲ ਜਾਣਾ ਕੰਪਲੇਨ ਕਰ ਦੇਣੀ, ਤੇ ਫਟਾਫਟ ਕਰ ਲੈਣਾ ਗੱਡੀ ਮੇਰੀ ਸਹੀ ਕਰਕੇ ਭਿਜਵਾ ਦੇ। ਤੂੰ ਨਾ ਪੁਲਿਸ ਕੋਲ ਜਾ, ਹੈ? ਫਿਰ ਮੈਂ ਤੈਨੂੰ ਆਪੇ ਦੇਖ ਲਊ। ਤੂੰ ਇੱਥੋਂ ਗੱਡੀ ਜੇ ਲੈ ਗਈ ਸਾਡੇ ਕੋਲ, ਫਿਰ ਕਹੀਂ 6,000 ਰੁਪਈਆ। ਆ ਬੰਦ ਕਰ ਦੇ ਯਾਰ ਇਹਦੀ ਗੱਡੀ ਸਾਰੀ।